ਤੁਸੀਂ ਬਿਜ਼ਨਸ ਕਿਹੋ ਜਿਹੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਫੇਲ ਹੋਏ ਹੋ ਜਾਂ ਤੁਹਾਨੂੰ ਸਫਲਤਾ ਹਾਸਲ ਨਹੀਂ ਹੋਈ ਸੀ? ਪਰਿਵਾਰਕ ਮੈਂਬਰ ਦੇ ਵਿੱਚ ਜਦੋਂ ਆਪਾਂ ਫੇਲ ਹੋ ਰਹੇ ਸੀ ਨਾ ਬਹੁਤ ਜ਼ਿਆਦਾ, ਹੈ ਨਾ, ਲੋਸ ਹੋ ਰਿਹਾ ਸੀਗਾ, ਉਹਦਾ ਸਾਰੇ ਇਹੀ ਕਹਿੰਦੇ ਵਾਪਸ ਆ ਜਾ, ਕਿਉਂਕਿ ਬੇਸਿਕਲੀ ਮੈਂ ਹੈਗਾ ਫਾਜ਼ਿਲਕਾ ਤੋਂ ਅਤੇ ਉਹਦਾ ਸਾਰੇ ਕਹਿੰਦੇ ਵਾਪਸ ਆ ਜਾ, ਕੁਛ ਨਹੀਂ ਫਾਇਦਾ, ਮੈਂ ਇਹਦੇ ਧੱਕੇ ਖਾਈ ਜਾਂਦਾ। ਅੱਛਾ, ਪੰਜਾਬੀ ਉੱਥੇ ਭਰਾ ਇਕੱਠੇ ਹੋਏ ਹੋਣਗੇ, ਉਹਨਾਂ ਨੇ ਸਾਥ ਦਿੱਤਾ ਤੁਹਾਡਾ? ਨਹੀਂ, ਇੱਕ ਹੀ ਸੀ ਉੱਥੇ ਵੈਸੇ ਤਾਂ, ਸਰਦਾਰ ਜੀ ਇੱਕ, ਉਹ ਵੀ ਸਾਡੇ ਤੋਂ ਕਹਿੰਦੇ ਉਹ ਸਾਈਡ 'ਤੇ ਲਾ ਲਓ ਕਹਿੰਦੇ। ਅਸਲ ਤਾਂ ਬਾਈ ਜੀ ਆਪਾਂ ਸੁਣਨ 'ਚ ਇਹ ਹੁੰਦਾ ਜਦੋਂ ਕਿਸੇ 'ਤੇ ਆਫਤ ਹੁੰਦਾ ਹੈ ਜਾਂ ਘਟਨਾ ਘਟਦੀ ਕਿਸੇ ਦਾ ਨਾਲ, ਪੰਜਾਬੀ ਭਰਾ ਪੰਜਾਬੀਆਂ ਦੀ ਸਪੋਰਟ ਕਰਦੇ ਨੇ, ਤੁਸੀਂ ਕਹਿ ਰਹੇ ਹੋ ਮੇਰੀ ਸਪੋਰਟ ਨਹੀਂ ਕੀਤੀ? ਜੀ ਵੀਰ ਜੀ ਇੱਦਾਂ ਕੋਈ ਨਹੀਂ ਹੈ, ਰਲ ਮਿਲ ਕੇ ਸਾਰੇ ਕੰਮ ਕਰਦੇ ਆਪਾਂ, ਵੀ ਬਾਜੀ ਵੀ ਕਦੀ ਪਾਣੀ ਬਣਾ ਲੈਂਦੇ, ਕਦੀ ਮੈਂ ਵੀ ਬਣਾ ਲੈਂਦਾ, ਕਦੀ ਉਹ ਵੀ ਗੋਲ ਗੱਪੇ ਬਣਾ ਲੈਂਦੇ, ਕਦੀ ਮੈਂ ਵੀ ਬਣਾ ਲੈਂਦਾ, ਅਸੀਂ ਰਲ ਮਿਲ ਕੇ ਹੀ ਕੰਮ ਕਰਦੇ ਹਾਂ ਜੀ। ਅਤੇ ਇੱਕ ਅਸੀਂ ਦੇ ਰਹੇ ਹਾਂ ਦਹੀਂ ਪਿਓਰ ਬਿਲਕੁਲ, ਬਾਕੀ ਕੁਲਚੇ ਛੋਲੇ ਹੈਗੇ, ਦਹੀਂ ਪੱਲ ਹੈਗਾ, ਲੱਸੀ ਆਪਣੇ ਹੈਗੀ 6 ਫਲੇਵਰਾਂ ਦੀ, ਮੈਂਗੋ ਹੈ, ਗੁਲਕੰਦ ਹੈ, ਅੰਮ੍ਰਿਤਸਰੀ ਹੈ, ਮਿੱਠੀ ਲੱਸੀ ਹੈ, ਮਸਾਲਾ ਲੱਸੀ ਹੈ। ਉਸ ਲਾ ਕੇ ਭਾਜੀ ਮੈਨੂੰ ਮਿਲੇ, ਭਾਜੀ ਨਾਲ ਮੈਂ ਲਾਇਆ, ਫਿਰ ਭਾਜੀ ਕਹਿੰਦੇ ਕੋਈ ਗੱਲ ਨਹੀਂ, ਆਪਾਂ ਸਰ ਤੇਰੇ ਨਾਲ ਖੜ੍ਹੇ ਹੈਗੇ, ਤੁਸੀਂ ਘਬਰਾਉਣੇ ਨਹੀਂ ਹੈਗੇ, ਨਾਲ ਮਿਲ ਕੇ ਅਸੀਂ ਕੰਮ ਕੀਤਾ, ਜਿਨ੍ਹਾਂ ਨੂੰ ਕੰਮ ਕਰਕੇ ਸਾਨੂੰ ਚੰਗਾ ਲੱਗਿਆ ਕਿ ਸਾਡੇ ਨਾਲ ਵੀ ਪੰਜਾਬ ਵੀ ਖੜ੍ਹਿਆ ਹੈਗਾ ਜੀ। ਜਿਹੜੀ ਚੀਜ਼ ਦੇ ਰਿਹਾ ਸੀ ਜਿਹੜਾ ਪਾਣੀ ਉਹ ਬਿਲਕੁਲ ਨੈਚੁਰਲ ਦੇ ਰਿਹਾ ਸੀ, ਗੋਲ ਗੱਪੇ ਦਾ ਪਾਣੀ ਅਨਾਰ ਵਾਲਾ ਦੇ ਰਹੇ ਅਤੇ ਦੂਜਾ ਨਮਕੀਨ ਦੇ ਰਿਹਾ। ਇਹ ਲੋਕਾਂ ਦੀ ਸੋਚ ਇਹ ਪਿਆ ਜੀ, ਪੰਜਾਬ ਹਰਿਆਣਾ 'ਚ ਇਹ ਪਿਆ ਕਿ ਲੋਕਾਂ ਦੀ ਸੋਚ ਹੈ ਜੀ ਇੱਥੇ ਕੁਛ ਹੈ ਨਹੀਂ, ਲੇਕਿਨ ਨਹੀਂ, ਇੱਧਰ ਅਗਰ ਮਿਹਨਤ ਕਰੇ ਤਾਂ ਜੀ ਇੱਧਰ ਵੀ ਕੈਨੇਡਾ ਹੈਗਾ, ਇੱਧਰ ਮੇਰੀ ਨਿਗਾਹ 'ਚ ਇਹੀ ਹੈ ਕਿ ਇੱਥੇ ਵੀ ਕੈਨੇਡਾ ਬਣਾ ਸਕਦੇ ਆਪਣੀ ਮਿਹਨਤ ਦੇ ਨਾਲ। ਭਾਅ ਜੀ ਅੱਜ ਕਾਮਯਾਬ ਵੀ ਆ ਅਤੇ ਵਧੀਆ ਟੇਸਟ ਹੈ ਇਹਨਾਂ ਦਾ, ਔਰ ਸਾਰਿਆਂ ਨੂੰ ਕਹਿੰਦੇ ਹਾਂ ਵੀ ਜਿੰਨਾ ਵੀ ਕੋਈ ਬੰਦੇ ਨੇ ਕੰਮ ਕੀਤਾ ਹੋਵੇ ਮਿਹਨਤ ਕਰਨੀ ਚਾਹੀਦੀ ਆ, ਔਰ ਇਹਨਾਂ ਦੀ ਮਿਹਨਤ ਦਾ ਨਤੀਜਾ ਅੱਜ ਇਹਨਾਂ ਦੇ ਕੋਲ ਖੜ੍ਹੇ ਆ ਕੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਗੱਲ ਪੰਜਾਬ ਅਤੇ ਪੰਜਾਬੀਅਤ ਦੀ, ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ। ਦੋਸਤੋ, ਵਿਦਿਆਰਥੀ ਫੇਲ, ਤੁਸੀਂ ਸੁਣਿਆ ਹੋਇਆਗਾ ਕਿ ਵਿਦਿਆਰਥੀ ਕਿਸੇ ਕਲਾਸ ਦੇ ਵਿੱਚੋਂ ਫੇਲ ਹੋ ਗਿਆ ਹੈ, ਤਾਂ ਬ੍ਰੇਕਾਂ ਫੇਲ ਵੀ ਤੁਸੀਂ ਸੁਣੀਆਂ ਹੋ ਗਈਆਂ, ਕਿਸੇ ਮੋਟਰਸਾਈਕਲ ਦੀਆਂ ਜਾਂ ਕਿਸੇ ਕਾਰ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਨੇ, ਤਾਂ ਅੱਜ ਤੁਹਾਨੂੰ ਕਿਸੇ ਫੇਲ ਕਾਰੋਬਾਰੀ ਦੇ ਨਾਲ ਮਿਲਾਉਣ ਜਾ ਰਹੇ ਹਾਂ। ਆ ਬੋਰਡ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ, ਇਹ ਬੋਰਡ ਜਿਸ ਦੇ ਉੱਪਰ ਲਿਖਿਆ ਹੋਇਆ ਫੇਲ ਕਾਰੋਬਾਰੀ, ਯਾਨੀ ਕਿ ਫਲੋਪ ਬਿਜ਼ਨਸਮੈਨ। ਇੱਕ ਅਜਿਹਾ ਬਿਜ਼ਨਸਮੈਨ ਹੈ ਜਿਸਨੇ ਬਹੁਤ ਸਾਰੇ ਕਿੱਤੇ ਕੀਤੇ, ਬਹੁਤ ਸਾਰੇ ਕੰਮ ਕੀਤੇ, ਕਿਤੇ ਸਫਲਤਾ ਨਹੀਂ ਹਾਸਲ ਹੋਈ, ਤਾਂ ਕਰਕੇ ਉਸਨੇ ਆਪਣੇ ਇਸ ਨਵੇਂ ਬਿਜ਼ਨਸ ਦੀ ਸ਼ੁਰੂਆਤ ਕੀਤੀ, ਤਾਂ ਜਿਸ ਦਾ ਨਾਮ ਰੱਖ ਦਿੱਤਾ ਹੈ ਫਲੋਪ ਬਿਜ਼ਨਸਮੈਨ, ਯਾਨੀ ਕਿ ਫੇਲ ਕਾਰੋਬਾਰੀ। ਅਤੇ ਅੱਜ ਇੱਕ ਤੁਹਾਨੂੰ ਕਹਾਣੀ ਅਜਿਹੀ ਸੁਣਾਉਣੀ ਹੈ, ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਔਰ ਹਰਿਆਣੇ ਦਾ ਪਿਆਰ ਕਿੰਨਾ ਕੁ ਹੈ। ਅਕਸਰ ਹੀ ਆਪਾਂ ਸੁਣਦੇ ਹੁੰਦੇ ਸੀ ਕਿ ਪੰਜਾਬ ਅਤੇ ਹਰਿਆਣਾ ਸਖੇ ਭਾਈ ਨੇ ਜਾਂ ਦੋਵੇਂ ਭਾਈਆਂ ਵਾਂਗੂ ਇੱਕ ਦੂਸਰੇ ਦੇ ਨਾਲ ਵਰਤਾਰਾ ਕਰਦੇ ਨੇ, ਤਾਂ ਅੱਜ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਭਾਈ ਸਾਹਿਬ ਹੋਰੀ ਹੈਗੇ ਨੇ ਜਿਹੜੇ ਇਹ ਪੰਜਾਬ ਦੇ ਵਾਸੀ ਹੈਗੇ ਨੇ, ਅਤੇ ਨਾਲ ਇਹਨਾਂ ਦੇ ਪਾਰਟਨਰ ਜਿਹੜੇ ਨੇ ਉਹ ਹਰਿਆਣੇ ਦੇ ਰਹਿਣ ਵਾਲੇ ਨੇ। ਇੱਕ ਇਹਨਾਂ ਦੇ ਨਾਲ ਘਟਨਾ ਵੀ ਘਟਦੀ ਹੈ, ਕੁਝ ਸਮਾਂ ਪਹਿਲਾਂ ਜਿਹੜੇ ਪ੍ਰਵਾਸੀ ਮਜ਼ਦੂਰ ਨੇ, ਯਾਨੀ ਕਿ ਯੂਪੀ ਔਰ ਬਿਹਾਰ ਤੋਂ ਜਿਹੜੇ ਆ ਕੇ ਇੱਥੇ ਕਾਰੋਬਾਰ ਕਰਦੇ ਨੇ, ਉਹਨਾਂ ਵੱਲੋਂ ਇਹਨਾਂ ਦੋਨਾਂ ਭਰਾਵਾਂ ਨੂੰ ਧਮਕਾਇਆ ਵੀ ਗਿਆ, ਆਪਣੀ ਦਾਦਾਗਿਰੀ ਵੀ ਦਿਖਾਈ ਗਈ, ਗੁੰਡਾਗਰਦੀ ਵੀ ਦਿਖਾਈ ਗਈ, ਤਾਂ ਜਿਸ ਦੇ ਚੱਲਦੇ ਹੈ ਇਹ ਬਾਈ ਜੀ ਹੋਰੀ ਉਸ ਜਗ੍ਹਾ ਤੋਂ ਸ਼ਿਫਟ ਹੋ ਕੇ ਅੱਜ ਜਿਹੜਾ ਮੋਹਾਲੀ ਗੁਰਦੁਆਰਾ ਆਮ ਸਾਹਿਬ ਹੈਗਾ ਉਸਦੇ ਬਿਲਕੁਲ ਬਾਹਰ ਇਹ ਆਪਣਾ ਕਾਰੋਬਾਰ ਕਰ ਰਹੇ ਨੇ, ਜਿਸ ਦਾ ਨਾਮ ਦਿੱਤਾ ਹੋਇਆ ਹੈ ਫਲੋਪ ਬਿਜ਼ਨਸਮੈਨ। ਬਾਈ ਜੀ ਹੋਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਕਿਉਂਕਿ ਬਾਈ ਜੀ ਹੋਣੀ ਹਲੇ ਬਿਜ਼ੀ ਨੇ, ਲੱਸੀ ਬਣਾ ਕੇ ਦੇਣਗੇ ਲੱਗਦਾ ਆਪਣੇ ਕਸਟਮਰਸ ਨੂੰ, ਤਾਂ ਇਹਨਾਂ ਕੋਲ ਖਾਸ ਤੌਰ 'ਤੇ ਜਿਹੜਾ ਗੋਲ ਗੱਪੇ ਹੁੰਦੇ ਨੇ ਜਾਂ ਹੋਰ ਵੀ ਜੋ ਕੁਛ ਹੈਗਾ ਆ ਸਾਰੀ ਗੱਲਬਾਤ ਕਰਦੇ ਹਾਂ ਭਾਅ ਜੀ ਹੁਣਾਂ ਨੇ। ਭਾਅ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਲੋਕ ਚੈਨਲ 'ਤੇ ਬਹੁਤ ਬਹੁਤ ਸਵਾਗਤ ਤੁਹਾਡਾ। ਵੈਲਕਮ ਵੀਰੇ ਤੁਹਾਡਾ ਜੀ, ਬਹੁਤ ਜੀ ਚਾਲ, ਠੀਕ ਠਾਕ ਹੋ? ਕਿਰਪਾ ਵੀਰੇ ਵਧੀਆ ਭਾਅ ਜੀ। ਕਿਵੇਂ ਦੇਖਦੇ ਹੋ ਬਾਈ ਜੀ ਆਹ ਸ਼ੁਰੂਆਤ ਕੀਤੀ ਆ, ਆਪਾਂ ਬ੍ਰੇਕਾਂ ਫੇਲ ਸੁਣੀਆਂ ਆ, ਫੇਲ ਵਿਦਿਆਰਥੀ ਸੁਣਿਆ ਆ, ਅਤੇ ਤੁਸੀਂ ਆਪਣੇ ਕਾਰੋਬਾਰ ਦਾ ਨਾਂ ਜਿਹੜਾ ਸ਼ੁਰੂ ਕੀਤਾ ਆ, ਇਹਦਾ ਫਲੋਪ ਬਿਜ਼ਨਸਮੈਨ ਕਿਉਂ ਰੱਖ ਦਿੱਤਾ ਜੀ? ਇਹ ਵੀਰ ਬਹੁਤ ਕੁਛ ਫੇਲ ਹੋ ਗਿਆ ਸੀਗਾ, ਤਾਂ ਆਪਣੇ ਚਾਹੁਣ ਵਾਲੇ ਕਹਿਣ ਲੱਗੇ ਵੀ ਫੇਲ ਹੋ ਗਿਆ ਉਹ ਤੋਂ, ਤਾਂ ਉਹ ਆਈਡੀਆ ਜਾ ਗਿਆ ਆਪਾਂ, ਚਲੋ ਮੈਂ ਫੇਲ ਹੀ ਰੱਖ ਲਿਆ ਨਾਂ ਆਪਾਂ। ਹਾਂਜੀ, ਇਹ ਫੇਲ ਬਾਈ ਜੀ ਕਹਿੰਦੇ ਇੱਕ ਕਲਾਸ 'ਚੋਂ ਤਾਂ ਆਪਾਂ ਸੁਣਦੇ ਹਾਂ ਵੀ ਜੇ ਕਲਾਸ 'ਚੋਂ ਕੋਈ ਵਿਦਿਆਰਥੀ ਫੇਲ ਹੁੰਦਾ ਆ ਉਹਦੇ ਨੰਬਰ ਘੱਟ ਹੁੰਦੇ ਆ, ਜਾਂ ਹੈ ਨਾ ਉਹ ਪੇਪਰ ਵਰਕ ਪੂਰਾ ਨਹੀਂ ਕਰਦਾ ਜਾਂ ਪੇਪਰ ਵਧੀਆ ਤਰੀਕੇ ਨਾਲ ਨਹੀਂ ਦਿੰਦਾ, ਤੁਸੀਂ ਬਿਜ਼ਨਸ ਕਿਹੋ ਜਿਹੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਫੇਲ ਹੋਏ ਹੋ ਜਾਂ ਤੁਹਾਨੂੰ ਸਫਲਤਾ ਹਾਸਲ ਨਹੀਂ ਹੋਈ ਜੀ? ਦੇਖੋ ਜੀ, ਬਿਜ਼ਨਸ ਸਭ ਤੋਂ ਪਹਿਲਾਂ ਮੈਂ ਦਹੀਂ ਚਾਹੀਦੇ ਪੰਚੂ,
सब तो पहला मैं PG का काम किया सैक्टर 22B चंडीगढ़ की, वो तो मेरा खैर सक्सैस रहा जी। वो लॉकडाउन जाके मैंने दिक्कत आई सी, लॉकडाउन तो बाद फिर नहीं पैर लगे। मैं काफ़ी ट्राई किए, बहुत बिजनेस किए, मैं 2 बारी स्वीट शॉप भी की, मैं डेयरी प्रोडक्ट का ऑनलाइन भी किया, ऑफलाइन भी किया जी, घर दुध पाँगा रहा, बाकी छोटे व्डे होर बहुत काम किए मैं, तो हर किसी नाराज ही खत्म हो जाते सी। तो क्वालिटी आप उदो भी टॉप की रखी, क्वालिटी आप हूँ भी रखी है जी, तो बस अज भी कह सकते आप जो आपको क्वालिटी भावे रखी है, पर आपको रिस्पोंस नहीं आ रहा उस चीज़ का, रिस्पोंस नहीं आ रहा कि फेल कारोबारी दोबारा तो नहीं फेल हो सकता, आसार लगते भी ये फेल हो सकते जी दोबारा, वो नहीं लगते, पर फिर भी जिनी आप क्वालिटी दे रहे हैं जी उस हिसाब आप रिस्पोंस नहीं आ रहा, क्योंकि असं हर किसी ने ही ट्राई करते कहने भी ट्राई करो एक बार ना चंगा लगे कोई पैसे नहीं वे, तो बाकी उस हिसाब साढ़े को क्राउड नहीं है जिन्ना साढ़े जिनी साढ़े क्वालिटी है, पर कस्टमर सानू कह जाते हैं भी थोड़ी क्वालिटी पूरी टॉप दी है, तो पर उस हिसाब साढ़े को क्राउड नहीं होंगे जी। भाई जी चर्चावान वाले दुआले इतने भी होंगे कि जेडे इतने पंजाबी ते हरियाणवी भाई जेडे दोवें भरा वांगू इतने आके कारोबार करते हैं, कुछ समा पहला बिहारियां और यूपी के जेडे प्रवासी मजदूर है उन्होंने वालों धमकाया भी गया, असल सच्चाई हैगी जी? नहीं ज़्यादा नहीं, कोई ए ज़्यादा हाई से मेरे ना कोई ज़्यादा नहीं दिक्कत नहीं, मैंने थोड़ा जो कहते जरूर से मठ फिर चलाया, तो उदो फिर आप अपने हिसाब से हैंडल कर लिया उस चीज़ को, उदों तो लाउन नहीं कहते भी इतने अलग होर कितने लाओ, असं पुराने इतने बैठे हैं तो, पर आप ला लिया भी पंजाब हो गया अपना ला ना सके, तो फिर तो फिट ला अपने फिर। अच्छा पंजाबी उत्थे भरा इकट्ठे हुए होणगे उन्होंने साथ दिता तुहाडा? नहीं एक ही उत्थे वैसे था सरदार जी एक, वो भी साढ़े तो कहते साइड तो ला लो कहते। हाँ जी असल तो भाई जी आप सुनने से यह होंगे जो किसी आफत होंगे ज घटना घटती किसी पंजाबी भरा पंजाबियों की सपोर्ट करते हैं, तुम कह रहे हो मेरी सपोर्ट नहीं की जी? नहीं उत्थे ज़्यादा है नहीं, एक ही बंदा सीगा उन्होंने शायद रबिया ने की सी प्रॉब्लम उन्होंने अपन कोई उम्मीद सपोर्ट नहीं किया कुछ। अच्छा वाक्य की होंगे जो प्रवासियों ना तो कोई गलबात होंगी है यही स्टॉल लाने लैके रेहड़ी लाने लैके की घटना घटती है जी उदो? नहीं मेरे नाल फिर ज़्यादा नहीं कोई हुई, आ मुंडे ने लास्ट ईयर कला लाता 11 फेस उत्थे जरूर सामने लिया किसी तंग परेशान करते उन्होंने इधर उधर कहते पासे ला ला जा तारा पानी डोल देंगे अस एक 2 वारी शायद नुकसान भी किया, पर उस बाद लास्ट ईयर मेरे नाल रल गया उस बाद सानू कोई दिक्कत नहीं आई फिर जी। हाँ जी कहते जो है ना अपना कोई व्यापार शुरू करना होंगे है हाँ परिवार के भी गलबात होंगी है साग संबंधियों ना भी डिस्कशन होंगी है भी भाई मैं काम शुरू करन लग्या हाँ जी जा किवें अपनी सलाह दो परिवारक मैंबर ने इस मामले में लैके जा इस कारोबार में लैके कोई तुहाडी डिस्कशन हुई भी मैं काम शुरू करना है जी? परिवारक मैंबर तो भी जो आप फेल हो रहे थे ना बहुत ज़्यादा है ना लॉस हो रहा है सारे ही कहते वापस आ जा क्योंकि बेसिकली मैं है फाजिलका तो जी तो वह सारे कहते वापस आ जा कुछ नहीं फायदा मैं इसे धक्के खाई जाना, तो मैं जो बंदा ना कुछ करके जाए कुछ बन के जाए गल होर होंगी है जी, तो जो बंदा फेल जा होकर जाता ना फिर वो गल जी नहीं रही, चाहे अपना परिवार कोई ठीक है माँ प्यो तो नहीं कड़ता होंदा बार पर फिर भी वो गल नहीं रही, तो मैं आपकी जिद ची लगे हुए हैं बाकी गुरु साहब का हराय साहब जी का आसरा लिया होया इतने हूँ पहला ना ठीक है। ये गुरु घर के सामने जोड़ा ये काम शुरू कर बारे ये विचार जहन ख्याल किमें आया भाजी हूँ की सलाह सी जो थोड़ा मन सेगा भी इतने काम करना जो भी टेंशन होंगी सी ना क्योंकि बंद हो ही जाती जो मर्जी हो मन च आ जाती है गुरु घर आ जाते फ्री होंगे सेवा करते हैं एक 2 वारी ना सर्दी इतने आप गजरेला बनाया इतने तो उत्थे अंदर आप छकया जो आप मैनू कह लगे अपने जहेदार जी तो कहें यार तू बाहर ही लड़ा हाँ इतने तो इन्नी वधिया क्वालिटी देना उस तो बाद नवंबर तो पहला इतने साग मक्की रोटी शुरू किया तो आप लाते रहे उस तो बाद मैन्यू चेंज हो गया जी हूँ। हाँ जी हरियाणवी भाजी ने फिर कि कॉन्टैक्ट किमें हो 11 फेस लाते थे गोलगप्पे तो मैं 11 फेस लस्सी लाता उत्थे उत्थे फिर आपसी साढ़ा काफ़ी प्यार जहा हो गया ये भी कला मैं भी कला बस 2 महीने हूँ सू साल को हो गया वधिया इकट्ठे भाइयों मुगरे नहीं हूँ पंजाब तो हरियाणा का जोड़ा भाइयों वाला प्यार है वह तो सबूत देता भाई जी अच्छ। हाँ जी बिल्कुल मेरे को PG टाइम ही आई रहा जी अज भी मेरे को मुंडे अच्छे 7-8 साल पिछले चले जी अज भी मेरा उन्होंने प्यार है हाले कई बार भी चले गए तो अज भी मैंने फोन पर गल होंगी रही उन्होंने जो पहले दिन यह काम तो आना है मान लो भाजी होना तो डिस्कशन होंगी भी आप जाके अब काम शुरू करना है रॉ मटीरियल सटा लिया सारा जो इतने आए इतने पहुंचे जहन च ख्याल कहो जो होंगे सके उस टाइम साढ़े का नहीं खैर आते सानू नहीं आता कुछ भी सानू तो लोग कहते गलत जगह पर आ गए इतने भी क्योंकि फुटफॉल है नहीं बिल्कुल फुटफॉल है नहीं गा इतने तो तुम गलत जगह पर आ गए पर सानू गुरु साहब की खैर कृपा रही है साग मक्की रोटी वाले वधिया रिस्पोंस रहा सानू तो पर उस टाइम ना सारे पूरे मोहाली MC का थोड़ा इशू हो गया सीगा फिर असी ईवनिंग लाने लग गए तो शाम को सर्दी का टाइम से पूरा 6-7 बजे तो लैके रात में असी कह लो रात नहीं खैर अमृत वेले अर्ली मॉर्निंग 3 बजे तक लाने से खाने को की है जिन्हें साढ़े दर्शक देख रहे हैं जो मान लो इतने मोहाली पहुँचते हैं ये हरियाणे और पंजाब वाले भाई का जो प्यार लैना हो जो प्यार ही बन रहे हो एक किस्म का की थोड़े को खाने को है जोड़े लोग कि गल तो प्रभावित हो गए थोड़े को जी की थोड़े को ऐसी खास चीज़ हैगी है जी साढ़े को देखो सब तो पहला फर्स्ट वाला बाबा जी का आशीर्वाद है ठीक है इतने खड़े आप दूजा सब तो वही गल सा प्योरिटी है
ਜਿਹੜੀ ਵੀ ਚੀਜ਼ ਦੇ ਰਿਹਾ ਸੀ ਜਿਹੜਾ ਪਾਣੀ ਉਹ ਬਿਲਕੁਲ ਨੈਚੁਰਲ ਦੇ ਰਿਹਾ ਸੀ ਗੋਲਗੱਪੇ ਦਾ ਪਾਣੀ ਅਨਾਰ ਵਾਲਾ ਦੇ ਰਹੇ ਅਤੇ ਦੂਜਾ ਨਮਕੀਨ ਦੇ ਰਹੇ ਹਾਂ ਸਾਲਟੀ ਹੈ ਨਾ ਅਤੇ ਇੱਕ ਅਸੀਂ ਦੇ ਰਹੇ ਹਾਂ ਦਹੀਂ ਪਿਓਰ ਬਿਲਕੁਲ ਬਾਕੀ ਕੁਲਚੇ ਛੋਲੇ ਹੈਗੇ ਦਹੀਂ ਪੱਲ ਹੈਗਾ ਲੱਸੀ ਆਪਣੇ ਹੈਗੀ 6 ਫਲੇਵਰਾਂ ਦੀ ਮੈਂਗੋ ਹੈ ਗੁਲਕੰਦ ਹੈ ਅੰਮ੍ਰਿਤਸਰੀ ਹੈ ਮਿੱਠੀ ਲੱਸੀ ਹੈ ਮਸਾਲਾ ਲੱਸੀ ਹੈ ਹਾਂਜੀ ਭਾਅ ਜੀ ਅਸਲ ਦੇ ਵਿੱਚ ਪ੍ਰਵਾਸੀ ਭਰਾ ਵੀ ਜਿਹੜੇ ਹੈ ਨਾ ਇਹ ਕੰਮ ਕਰਦੇ ਨੇ ਜ਼ਿਆਦਾਤਰ ਬੀਬੀਆਂ ਬੜੀਆਂ ਇਕੱਠੀਆਂ ਹੁੰਦੀਆਂ ਉੱਥੇ ਬੜੀਆਂ ਸਵਾਦ ਨਾਲ ਖਾਂਦੀਆਂ ਤੁਹਾਡੇ ਕੋਲ ਤਾਂ ਇੱਥੇ ਬਹੁਤ ਘੱਟ ਰਸ਼ ਦੇਖਣ ਨੂੰ ਮਿਲ ਰਿਹਾ ਫਿਰ ਉਹਨਾਂ ਦਾ ਪਕਵਾਨ ਕਿਵੇਂ ਉਹ ਕੁਝ ਸਪੈਸ਼ਲ ਚੀਜ਼ ਪਾਉਂਦੇ ਵਿੱਚ ਨਹੀਂ ਆਪਾਂ ਉਹਨਾਂ ਬਾਰੇ ਕਹਿ ਨਹੀਂ ਸਕਦੇ ਕੁਛ ਜੀ ਕਿਉਂਕਿ ਸਾਨੂੰ ਆਪਣਾ ਪਤਾ ਆਪਾਂ ਕੁਆਲਿਟੀ ਰੱਖਦੇ ਹਾਂ ਬਿਲਕੁਲ ਕੁਆਲਿਟੀ ਦੀ ਆਪਾਂ ਉਸ ਦੀ ਗਰੰਟੀ ਕਰਦੇ ਜੀ ਚਾਹੇ ਜਦੋਂ ਮਰਜ਼ੀ ਲੋਕ ਤਾਂ ਕਹਿੰਦੇ ਨਹੀਂ ਨਾ ਆਪਾਂ ਆਪਦੀ ਘਰ ਦੀ ਕਿਚਨ ਨੂੰ ਦਿਖਾਉਂਦੇ ਜਿੱਥੇ ਆਪਾਂ ਬਣਾਉਂਦੇ ਹਾਂ ਜਦੋਂ ਮਰਜ਼ੀ ਕੋਈ ਆ ਕੇ ਦੇਖ ਲਏ ਦਹੀਂ ਦੇਖ ਲਏ ਕੋਈ ਜਾਂ ਹੋਰ ਵੀ ਜਿਹੜਾ ਪ੍ਰੋਡਕਟ ਆਪਾਂ ਬਣਾਉਂਦੇ ਆਪਾਂ ਚਣੇ ਹੋ ਗਏ ਆਪਾਂ ਗ੍ਰੇਵੀ ਵਾਲੇ ਚਣੇ ਬਣਾਉਣੇ ਆ ਮੋਮੋਜ਼ ਬਣਾਉਣੇ ਇੱਥੇ ਆਪਾਂ ਹਾਂਜੀ ਵੀ ਅਸਲ ਦੇ ਵਿੱਚ ਲੋਕੇਸ਼ਨ ਜਿਹੜੀ ਹੈਗੀ ਹੈ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਆਪਣੀ ਜ਼ੁਬਾਨੀ ਵੀ ਦੱਸ ਦਿਓ ਵੀ ਕਿੰਨੀ ਵਜੇ ਤੋਂ ਕਿੰਨੇ ਵਜੇ ਤੱਕ ਤੁਸੀਂ ਇੱਥੇ ਹੁੰਦੇ ਹੋ ਕੀ ਟਾਈਮਿੰਗ ਹੈਗੀ ਤੁਹਾਡੇ ਕੋਲ ਜਾਂ ਜੇ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਮਤਲਬ ਕਿੱਥੇ ਮਿਲ ਸਕਦਾ ਅੱਗੇ ਜੀ ਇਹ ਵੀਰ ਇੱਥੇ ਆਪਾਂ ਅੰਬ ਸਾਹਿਬ ਦੇ ਨਾ ਬਿਲਕੁਲ ਗੇਟ ਦੇ ਬਿਲਕੁਲ ਬਾਹਰ ਆਪਾਂ ਪਾਰਕਿੰਗ ਵਿੱਚ ਉੱਥੇ ਆਪਾਂ ਲਾਈ ਦੀ ਸਟਾਲ ਹੈ ਸ਼ਾਮ ਨੂੰ ਲਗਭਗ 5 ਤੋਂ 6 ਵਜੇ ਤੋਂ ਲੈ ਕੇ ਰਾਤ 12 1 2 ਵਜੇ ਵੱਜਦੀ ਆਪਾਂ ਨੂੰ ਹਾਂਜੀ ਮੰਨ ਲਓ ਤੁਸੀਂ ਪਹਿਲਾਂ ਪੀਜੀ ਦਾ ਕੰਮ ਵੀ ਕੀਤਾ ਹੈ ਨਾ ਹਾਂਜੀ ਤੁਹਾਡੇ ਕੋਲ ਵਰਕਰ ਵੀ ਹੋਣਗੇ ਹੈ ਨਾ ਅੱਗੇ ਇਹ ਤੁਸੀਂ ਹੇਠਾਂ ਕੰਮ ਕਰਦੇ ਹੋਣਗੇ ਇੱਕ ਟੀਮ ਮੈਂਬਰ ਹੁੰਦੇ ਹੈ ਨਾ ਜਿਵੇਂ ਟੀਮ ਦੇ ਅਕੋਰਡਿੰਗ ਤੁਸੀਂ ਕੰਮ ਕਰਦੇ ਹੋਵੋਗੇ ਟੀਮ ਸੀਗੀ ਤੁਹਾਡੇ ਕੋਲ ਜਾਂ ਕਿੰਨੇ ਤੁਸੀਂ ਇੰਪਲਾਈ ਰੱਖੇ ਹੋਏ ਸੀਗੇ ਉਸ ਟਾਈਮ ਦਾ ਟੀਮ ਮੇਰੇ ਕੋਲ ਬਹੁਤ ਹੁੰਦੀ ਸੀ ਜੀ 5-6 ਕਈ ਵਾਰੀ 10 ਜਣੇ ਵੀ ਹੋ ਜਾਂਦੇ ਸੀਗੇ ਅਤੇ ਵੈਸੇ ਵੀ 15-20 ਯਾਰ ਦੋਸਤ ਹਰ ਟਾਈਮ ਨਾਲ ਹੀ ਹੁੰਦੇ ਸੀਗੇ ਅਤੇ ਜੇ ਆਪਾਂ ਸਾਰੇ ਮਿਲਾ ਲਈਏ ਕਹਿ ਲਓ ਵੀ 25-30 ਜਣੇ ਦੀ ਟੀਮ ਪੂਰੀ ਹੁੰਦੀ ਸੀਗੀ ਹਾਂਜੀ ਖਿਆਲ ਨਹੀਂ ਆਇਆ ਕਦੇ ਮਨ ਦੇ ਵਿੱਚ ਵੀ ਮੇਰੇ ਹੇਠਾਂ ਕੰਮ ਕਰਨ ਵਾਲੇ ਜਾਂ ਮੈਂ ਇੰਪਲਾਈਜ਼ ਰੱਖੇ ਸੀਗੇ ਅੱਜ ਮੈਂ ਸੜਕ ਕਿਨਾਰੇ ਇੱਕ ਰੇੜੀ ਲਾਵਾਂਗਾ ਜਾਂ ਇਸ ਤਰ੍ਹਾਂ ਜਿਵੇਂ ਪ੍ਰਵਾਸੀ ਲੋਕ ਵੇਚਦੇ ਨੇ ਜਾਂ ਹੈ ਨਾ ਇਹਨੂੰ ਛੋਟਾ ਕੰਮ ਮੰਨਿਆ ਜਾਂਦਾ ਅਸਲ ਦੇ ਵਿੱਚ ਜਿਹੜੇ ਲੋਕ ਕਹਿੰਦੇ ਨੇ ਬਹੁਤੇ ਲੋਕ ਕਹਿੰਦੇ ਨੇ ਵੀ ਇਹ ਕੰਮ ਹੈਗੇ ਛੋਟੇ ਜਿਵੇਂ ਤੁਸੀਂ ਪਹਿਲਾਂ ਵੱਡਾ ਕੰਮ ਕੀਤਾ ਇੱਕ ਪੀਜੀ ਹੈ ਨਾ ਚਲਾਉਂਦੇ ਰਹੇ ਤਾਂ ਉਸ ਚੀਜ਼ ਨੂੰ ਲੈ ਕੇ ਫਿਰ ਜ਼ਿਹਨ 'ਚ ਖਿਆਲ ਨਹੀਂ ਆਇਆ ਵੀ ਇਹ ਕੰਮ ਛੋਟਾ ਹੈਗਾ ਵੀ ਇਹ ਕਿਉਂ ਕਰ ਰਹੇ ਹਾਂ ਅਸੀਂ ਜੀ ਉਸੇ ਚੱਕਰ 'ਚ ਪੂਰੇ 1.5 ਸਾਲ ਆਪਾਂ ਖਰਾਬ ਹੋ ਗਿਆ ਡੇਢ ਸਾਲ ਅੰਦਰ ਵੜ ਕੇ ਆਪਾਂ ਕਰਜ਼ਾ ਚੜਾ ਲਿਆ ਸੀਗਾ ਅਤੇ ਕੁਛ ਵੈਸੇ ਵੀ ਜਦੋਂ ਕੰਮ ਕਰਦੇ ਸੀ ਆਪਾਂ ਜਦੋਂ ਉਹ ਆਪਣਾ ਕੰਮ ਫੇਲ ਹੋ ਜਾਂਦਾ ਸੀਗਾ ਉਹ ਰਾਸਤਾ ਜਾਂਦੀ ਜਾਂਦੀ ਸੀ ਨਾਲ ਸਿਰ 'ਤੇ ਹੋਰ ਪੈਸੇ ਚੜ੍ਹ ਜਾਂਦੇ ਸੀਗੇ ਅਤੇ ਇਹ ਆਪਾਂ ਪੀ ਜੀ ਵੀ ਕੀਤਾ ਮੈਂ ਦੱਸਿਆ ਤੁਹਾਨੂੰ ਆਪਾਂ ਡੇਅਰੀ ਪ੍ਰੋਡਕਟ ਦਾ ਵੀ ਕੀਤਾ ਸੀਗਾ ਮੈਂ ਕੁਛ ਟਾਈਮ ਪ੍ਰੋਪਰਟੀ ਦਾ ਵੀ ਕੀਤਾ ਮੇਰੇ ਪ੍ਰੋਪਰਟੀ 'ਚ ਪੈਸੇ ਵੜ ਗਏ ਕਿਸੇ ਨਾ ਕੀਤਾ ਸੀ ਕੰਮ ਬੜੇ ਕੀਤੇ ਆ ਜੀ ਕੋਈ ਛੱਡਿਆ ਵੀ ਹੈਗਾ ਕੋਈ ਕੰਮ ਨਹੀਂ ਮੈਂ ਤਾਂ ਦੇਖੋ ਜੀ ਉਬਰ ਰਾਈਡ ਵੀ ਲਾਈ ਹੈ ਰੈਪਿਡੋ ਵੀ ਲਾਉਂਦਾ ਰਿਹਾ ਮੈਂ ਕਹਿ ਲਓ ਵੀ ਘਰਾਂ 'ਚ ਦੁੱਧ ਵੀ ਪਾਉਂਦਾ ਰਿਹਾ ਪਰ ਉਹ ਸਕਸੈਸ ਨਹੀਂ ਮਿਲੀ ਇੱਥੇ ਹੁਣ ਕਹਿ ਲਓ ਆਸ ਦੀ ਕਰਨ ਜਾਗੀ ਹੁਣ ਬਹੁਤੇ ਭਰਾ ਸਾਨੂੰ ਦੇਖਦੇ ਹੋਣਗੇ ਮੰਨ ਲਓ ਉਹ ਵੀ ਤੁਹਾਡੇ ਵਾਂਗੂ ਬਹੁਤ ਸਾਰੇ ਕੰਮ ਕਰਕੇ ਅੱਕ ਗਏ ਹੋਣੇ ਵੀ ਭਾਈ ਮੈਂ ਇੱਥੇ ਕਾਮਯਾਬ ਨਹੀਂ ਹੈਗਾ ਫਿਰ ਉਹਨਾਂ ਨੂੰ ਕੀ ਸਲਾਹ ਦੇਣੀ ਚਾਹੁੰਦੇ ਹੋ ਵੀ ਮੰਨ ਲਓ ਜੇ ਕਿਸੇ ਫੀਲਡ ਦੇ ਵਿੱਚ ਤੁਸੀਂ ਕਾਮਯਾਬ ਨਹੀਂ ਹੁੰਦੇ ਜਾਂ ਤੁਹਾਨੂੰ ਸਫਲਤਾ ਨਹੀਂ ਹਾਸਲ ਹੁੰਦੀ ਹੈ ਨਾ ਫਿਰ ਕਰਨਾ ਕੀ ਚਾਹੀਦਾ ਬਾਈ ਜੀ ਆਪਾਂ ਤਾਂ ਫਿਰ ਇੱਕੋ ਹੀ ਹੈ ਗੁਰੂ ਸਾਹਿਬ ਦਾ ਵੋਟਾ ਸਾਡੇ ਉਦਾਸ ਕਦੇ ਹੋਈ ਨਹੀਂ ਆਪਾਂ ਟੈਨਸ਼ਨ ਲਈ ਨਹੀਂ ਕਦੇ ਕਿਉਂਕਿ ਨਾ ਕੁਛ ਨਾਲ ਲੈ ਕੇ ਆਏ ਨਾ ਜਾਣਾ ਠੀਕ ਹੈ ਜੀ ਅਤੇ ਇਸ ਕਰਕੇ ਡਟੇ ਰਹੋ ਕਿਤੇ ਤਾਂ ਸਕਸੈਸ ਮਿਲੀ ਜਾਊਗੀ ਜੀ ਕਿਉਂਕਿ ਮਾੜਾ ਨਾ ਕਰੋ ਕੁਆਲਿਟੀ ਮਾੜੀਆਂ ਰੱਖੋ ਕਿਸੇ ਦਾ ਮਾੜਾ ਨਾ ਕਰੋ ਠੀਕ ਅਸੀਂ ਕਦੇ ਵੀ ਫਰਕ ਨਹੀਂ ਕੀਤਾ ਚਾਹੇ ਕੋਈ ਪਰਾਸੀ ਹੈ ਨਾ ਯੂਪੀ ਬਿਹਾਰ ਦੇ ਅਸੀਂ ਤਾਂ ਸਾਰੇ ਕਿਸੇ ਨਾਲ ਪਿਆਰ ਨਾਲ ਵਰਤੀਦਾ ਹਾਂ ਜੇ ਬੰਦਾ ਸਹੀ ਹੈ ਕੋਈ ਸਭ ਤੋਂ ਪਹਿਲਾਂ ਇਨਸਾਨੀ ਤਾਂ ਵੇਖੀ ਇਹਦੀ ਬਾਕੀ ਗੱਲਾਂ ਬਾਅਦ ਦੀਆਂ ਜੀ ਹਾਂਜੀ ਅੱਛਾ ਇਹਨਾਂ ਭਾਅ ਜੀ ਹੁਣ ਤੁਹਾਡਾ ਨਾਮ ਕੀ ਹੈ ਜੀ ਵੈਸੇ ਨਾਮ ਮੈਂ ਪੁੱਛਿਆ ਨਹੀਂ ਤੁਹਾਡਾ ਕਿ ਤੁਹਾਡਾ ਨਾਮ ਦੱਸ ਦਿਓ ਜੀ ਕੀ ਮੇਰਾ ਸਵਰਨਜੀਤ ਸਿੰਘ ਨਾਮ ਜੀ ਸਵਰਨਜੀਤ ਸਿੰਘ ਜੀ ਇਹ ਇਹ ਭਾਈ ਸਾਹਿਬ ਹੁਣਾਂ ਦਾ ਨਾਮ ਕੀ ਹੈ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਇਹਨਾਂ ਦਾ ਪੰਛੂ ਕੰਸਲ ਹੈ ਜੀ ਇਹ ਬਾਣੀਆਂ ਪਰਿਵਾਰ ਤੋਂ ਮੁੰਡਾ ਜੀ ਹਾਂਜੀ ਇਹ ਬੇਸਿਕਲੀ ਹਰਿਆਣੇ ਦੇ ਰਹਿਣ ਵਾਲੇ ਜਾਂ ਇੱਥੇ ਜੰਮੇ ਪਲੇ ਮੈਂ ਦੱਸਦਾ ਜੀ ਬੇਸਿਕਲੀ ਇਹਦੀ ਜਿਹੜੀ ਫੈਮਿਲੀ ਹੈ ਜਿਹੜੇ ਵੱਡੇ ਵਡੇਰੇ ਹੋ ਗਏ ਨਾ ਉਹ ਹਰਿਆਣੇ ਦੇ ਐਟ ਪ੍ਰੈਜੈਂਟ ਇਹ 10 ਪੇਸ ਰਹਿ ਰਹੇ ਮੋਹਾਲੀ 'ਚ ਹਾਂਜੀ ਭਾਅ ਜੀ ਤੁਸੀਂ ਆਪਣਾ ਕੰਮ ਕੰਟੀਨਿਊ ਕਰ ਲਓ ਤੁਹਾਡੇ ਕਸਟਮਰਸ ਆ ਰਹੇ ਨੇ ਭਾਅ ਜੀ ਹੁਣਾਂ ਨਾਲ ਵੀ ਗੱਲ ਕਰਦੇ ਦੀਪਾਂਸ਼ੂ ਜੀ ਨਾਲ ਦੀਪਾਂਸ਼ੂ ਜੀ ਕੀ ਹਾਲ ਚਾਲ ਠੀਕ ਹੋ ਜੀ ਵਧੀਆ ਜੀ ਵਧੀਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਇਹ ਭਾਈ ਜੀ ਇਹ ਫਿਰ ਤਾਲਮੇਲ ਕਿਵੇਂ ਬਣਿਆ ਤੁਹਾਡਾ ਇਹ ਇੱਧਰ ਪੰਜਾਬ ਦੇ ਰਹਿਣ ਵਾਲੇ ਤੁਸੀਂ ਹਰਿਆਣੇ ਦੇ ਰਹਿਣ ਵਾਲੇ ਇਹ ਆਪਸੀ ਭਾਈਚਾਰਕ ਸਾਂਝ ਦਾ ਤੁਸੀਂ ਸੁਨੇਹਾ ਵੀ ਦਿੱਤਾ ਬਹੁਤੇ ਲੋਕ ਕਹਿੰਦੇ ਸੀ ਪੰਜਾਬ ਤੇ ਹਰਿਆਣਾ ਇਹ ਭਰਾ ਹੀ ਹੈਗੇ ਨੇ ਤੁਸੀਂ ਇੱਕ ਬਹੁਤ ਵੱਡਾ ਸੁਨੇਹਾ ਦੇ ਰਹੇ ਹੋ ਜੀ ਜੀ ਦੇਖੋ ਕੋਈ ਵੀ ਉਹ ਸਭ ਬਾਈ ਬਾਈ ਹੁੰਦੇ ਆ ਜੀ ਨਿਗਾਹ 'ਚ ਸਾਰੇ ਹੀ ਬਾਈ ਬਾਈ ਆਪਣੇ ਆਪਣੇ 'ਚ ਕੋਈ ਫਰਕ ਨਹੀਂ ਹੈਗਾ ਨਾ ਕੋਈ ਪੰਜਾਬ ਦਾ ਨਾ ਹਰਿਆਣਾ ਦਾ ਸਾਡੇ 'ਚ ਕੋਈ ਫਰਕ ਨਹੀਂ ਹੈਗਾ ਜੀ ਸਾਰੇ ਆਪਣੇ ਬਾਈ ਬਾਈਆਂ ਦੇ ਨਾਲ ਹੀ ਹੈਗੇ ਅਸੀਂ ਜਦ ਮਿਲੇ ਸੀਗੇ ਜਦ ਆਪਾਂ 11 ਫੇਸ 'ਚ ਲਾਉਂਦੇ ਸੀ ਸਟੋਲ ਮੈਂ ਲਾਉਂਦਾ ਸੀ ਗੋਲਗੱਪੇ ਦਾ ਸਟੋਲ ਭਾਅ ਜੀ ਨਾਲ ਲਾਉਂਦੇ ਸੀਗੇ ਲੱਸੀ ਤਾਂ ਭਾਅ ਜੀ ਔਰ ਮੇਰਾ ਮੇਲ ਹੋਇਆ ਸੀਗਾ ਤਾਂ ਮੈਨੂੰ ਕੁਛ ਲੋਕ ਪਰੇਸ਼ਾਨ ਕਰਦੇ ਸੀਗੇ ਨਹੀਂ ਲਾਉਣ ਦਿੰਦੇ ਸੀਗੇ ਕੌਣ ਲੋਕ ਸੀਗੇ ਨੇ ਉਹ ਕੌਣ ਸੀ ਲੋਕ ਸੀਗੇ ਜੀ ਜਿਹਨਾਂ ਦਾ ਜ਼ਿਕਰ ਕੀਤਾ ਭਾਅ ਜੀ ਨੇ ਵੀ ਉਹ ਸਾਡੇ ਸਟੋਲ ਨੂੰ ਹਟਾ ਦਿੰਦੇ ਸੀਗੇ ਕਹਿੰਦੇ ਸੀ ਇੱਥੇ ਨਹੀਂ ਲਾਉਣਾ ਜੀ ਤਾਂ ਅਸੀਂ ਕਹਿੰਦੇ ਸੀ ਕਿ ਹਿੰਮਤ ਹੜ ਗਏ ਸੀ ਕਿ ਨਹੀਂ
जो वहाँ से बिलोंग करते थे, तो फिर मैंने तो पंजाब के बारे में सारा कुछ पता जी, पंजाबी साढ़े अपने नाल है, तो उन्होंने भी पता, उन्होंने भी गर्व है कि साडा मुंडा साढ़े पैरों से अपने खड़ के एक स्टॉल ला के कमा रहा है कुछ जी। भाई जी फिर कच्चा माल बंट गए, आपसी काम बंडिया है भी मोमस भाई साहब उन्होंने तैयार करने, आह गोल गप्पे तुम तैयार करने, पानी काम बंडिया बस? नहीं नहीं वीर जी इदा कोई नहीं है, रल मिल के सारे काम करते आप। भाजी भी कभी पानी बना लेंगे, कभी मैं भी बना लेंदा, कभी वो भी गोल गप्पे बना लेंगे, कभी मैं भी बना लेंदा, असं रल मिल के ही काम करते हैं जी। कहते भांडे धोन भी छोटा काम मनिया जाता है, फिर मैनेज कर लेंगे दोनों जने जी? बिल्कुल जी, कोई छोटा बड़ा काम नहीं होंगे जी, कोई भी काम अपने काम से कोई छोटा बड़ा नहीं होंगे जी। मेरी निगाह से यही है जी कि कोई भी काम करो अपने दिल ला के करना चाहिए जी। भाजी बहुते लोग जो काम करना चाहते ने पर उन्होंने शर्म मार जाती भी अभी पंजाब ही रह के छोटा काम करा, वो जो वीर भरापा देख रहे हैं उन्होंने तुम की मैसेज देना चाहते हो? तुम इतने काम कर रहे हो बहुत कॉन्फिडेंस ना वधिया तरीके काम कर रहे हो, उन्हें एक भाईचारक साझ का सुनेहा भी तुम्हें दिता है ना, उन्होंने नौजवानों को तो मैसेज है भाई? उन्होंने जी मेरा यही मैसेज होगा कि असी पंजाब छड़ के क्यों जाए जी बाहर, ये जानते कनाडा की, कनाडा की थोड़ा जो दूर रहे हैं जी, कनाडा में जाके की है जी, उत्थे भी तो बर्तन मांजने हैं, उत्थे भी जाके कोई ना कोई काम कर रहे हैं। आपा तो यही काम है कि जी अपने पंजाब से काम करे भाईचारे तरह, जिसका आप भाई भाइयों की तरह ले है, वो भी भाइयों भाइयों तरह काम कर सकते हैं जी। उन्होंने भी कोई छोटा बड़ा काम जी शर्म नहीं खानी चाहिए जी, कोई भी काम है छोटा या बड़ा है जी, वो तो कोई नहीं जी, मेहनत तो कर रहे हैं जी, कोई चोरी चाड़ी तो नहीं कर रहे जी, मेहनत करके कमा रहे हैं जी, खा रहे हैं। बाहर जाने वास्ते पहले तो पंजाबियों की दौड़ लगी थी, कहते हरियाणा वाले भी बहुत जहाज भर जा रहे हैं बाहर। हाँ जी हाँ जी जा रहे हैं जी, ये तो है जी, ये लोगों की सोच पे है जी, पंजाब हरियाणा से पे है कि लोगों की सोच है इतने कुछ है नहीं, लेकिन नहीं, इधर अगर मेहनत करे तो जी इधर भी कनेडा है, इधर मेरी निगाह यही है कि इधर भी कनेडा बना सकते अपनी मेहनत के साथ जी। भाई जी मैं यही कहना चाहूँगा जी, बहुत बहुत धन्यवाद भाई जी गलबात करने की। एक बार तस्वीर पिछे हो गए जरूर दिखा दो कि किस तरीके दे नाल एक तो इन्होंने भाईचारक साझ का सुनेहा दिता होया है, जिमें भाई जी होरी सरदार साहब जिहड़े पंजाब के रहने वाले ने, तो इधर भाजी हरियाणे तो है जिहड़े इन्हां कोल गोल गप्पियां का काम करते हैं, पार्टनरशिप इन्हां का काम चल रहा है। तो जिहड़े नौजवान इस वीडियो देख रहे हैं, मैं आस तो उम्मीद करते हैं कि उन्होंने नौजवानों इस वीडियो तो बहुत कुछ सीखने को मिलया होगा, क्योंकि बहुते नौजवान ने जिहड़े वह इस काम को छोटा मानते हैं, पर जिहड़े यह भाजी हुणी हैगे ने बहुत सारे काम किए सरदार साहब उन्होंने भी, तो कितने सफलता ना हासिल होण कारण इन्होंने अपने बिजनेस का नाम जिहड़ा फलॉप बिजनेसमैन रख दिता, यानी कि फेल कारोबारी रख दिता। तो जिहड़े इत्थे नौजवान खाण आए हुए हैं उन्होंने भी गलबात करते हैं कि किस तरीके किस तरीके दे नाल इस प्यार नूं देखदे ने। भाई जी सत श्री अकाल जी। सत श्री अकाल भाई जी, की हाल चाल? ठीक ठाक जी। जी वधिया भाई जी। एक भाईचारक साझ दा इन्होंने सुनेहा भी दिता, वह भाई साहब सरदार साहब पंजाब तो ने, यह हरियाणे तो है ने, इतने काम शुरू कर किया होया इन्होंने, किवें देखते हो तुहाडा नजरिया की कह रहे जी? नहीं बहुत वधिया काम है, तो काम तो करना चाहिए। हाँ जी ਤੁਸੀਂ ਸਪੈਸ਼ਲ ਖਾਣ ਆਏ ਇੱਥੇ ਜੀ? ਸਪੈਸ਼ਲ ਅਸੀਂ ਆਏ ਸੀਗੇ ਕੰਮ, ਪਰ ਆਪਾਂ ਸਰਦਾਰ ਬੰਦਾ ਜਿੱਥੇ ਵੀ ਹੋਇਆ ਉੱਥੇ ਜਾ ਕੇ ਜ਼ਰੂਰ ਖਾਂਦੇ ਹਾਂ। ਅੱਛਾ ਜੀ, ਸਰਦਾਰ ਬੰਦੇ ਨੂੰ ਸਪੋਰਟ ਕਰਦੇ? ਹਾਂ ਬਿਲਕੁਲ ਬਿਲਕੁਲ, ਸਰਦਾਰ ਬੰਦੇ ਮੈਂ ਜ਼ਿਆਦਾ ਕਰਦਾ। ਸਰਦਾਰ ਬੰਦੇ ਦੀ ਕੀ ਖਾਸੀਅਤ ਹੈ ਜੀ? ਬਈ ਵੈਸੇ ਦੇਖੋ ਆਪਣੇ ਬੰਦੇ ਕੰਮ ਨਹੀਂ ਕਰ ਰਹੇ ਇੱਥੇ, ਹੈ ਨਾ ਜੀ, ਬਹੁਤ ਘੱਟ ਕੰਮ ਕਰ ਰਹੇ ਆਪਣੇ ਬੰਦੇ, ਪੰਜਾਬ 'ਚ ਕੰਮ ਹੀ ਨਹੀਂ ਕਰ ਰਹੇ, ਕੋਈ ਬੰਦਾ ਹੁੰਦਾ ਜਾਂ ਸਾਰੇ ਬਾਹਰੋਂ ਆ ਕੇ ਕਰ ਰਹੇ ਆ, ਕੋਈ ਯੂਪੀ ਤੋਂ ਬਿਹਾਰ ਤੋਂ, ਤਾਂ ਕਰਕੇ ਆਪਾਂ ਨੂੰ ਪੰਜਾਬ ਦੇ ਨਾਲ ਥੋੜ੍ਹਾ ਜ਼ਿਆਦਾ ਹੀ। ਪੰਜਾਬੀਆਂ ਦੇ ਪੰਜਾਬੀ ਬਹੁਤ ਸਾਰੇ ਹੈ ਨਾ, ਵਿਚਾਰਧਾਰਾ ਹਰ ਕਿਸੇ ਦੀ ਅਲੱਗ ਅਲੱਗ ਹੁੰਦੀ, ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਪ੍ਰਵਾਸੀ ਇੱਥੇ ਆ ਕੇ ਆਪਣਾ ਕਬਜ਼ਾ ਕਰ ਰਹੇ ਨੇ, ਉਹ ਦਬਦਬਾ ਪਾ ਰਹੇ ਨੇ, ਬਹੁਤ ਸਾਰੇ ਕਹਿ ਰਹੇ ਨੇ ਲੋਕ ਕਿ ਇਹ ਮਿਹਨਤ ਕਰਦੇ ਨੇ, ਉਹਨਾਂ ਨੇ ਮਿਹਨਤ ਦੇ ਸਿਰ 'ਤੇ ਬਣਾਇਆ ਹੋਇਆ, ਤੁਹਾਡਾ ਨਜ਼ਰੀਆ ਇਸ ਪੂਰੀ ਚੀਜ਼ ਨੂੰ ਕੀ ਕਹਿ ਰਿਹਾ ਜੀ? ਨਹੀਂ ਫਿਰ ਵੀ ਦੇਖਣਾ ਚਾਹੀਦਾ ਆਪਣਾ ਨਜ਼ਰੀਆ, ਹੁਣ ਤੁਸੀਂ ਆਪ, ਮੈਂ ਤੁਹਾਡੀ ਵੀਡੀਓ ਕਾਫੀ ਦੇਖਦਾ। ਹਾਂ ਤੁਸੀਂ ਹੈ ਨਾ, ਅਤੇ ਵੈਸੇ ਦੇਖੋ ਆਪਣੇ ਪੰਜਾਬ ਵਾਲਿਆਂ ਨੂੰ ਜ਼ਿਆਦਾ ਕੰਮ ਕਰਨਾ ਚਾਹੀਦਾ, ਸਾਰੇ ਤਾਂ ਮਤਲਬ ਬਾਹਰ ਦੇ ਹੀ ਆ ਗਏ ਇੱਥੇ। ਤੁਸੀਂ ਜੀ ਕੀ ਕੰਮ ਕਰਦੇ ਹੋ? ਮੈਂ ਵੀ ਬਸ ਫਰੀ ਹਾਂ ਇਹ ਤੇ। ਚਲੋ ਵਧੀਆ ਬਾਈ ਜੀ, ਕੰਮ ਕਰਨਾ ਚਾਹੀਦਾ ਇਹਨੇ ਬਾਈ ਜੀ, ਉਹਨਾਂ ਤੋਂ ਸਿੱਖ ਲਓ ਹੈ ਨਾ, ਕਿਤੇ ਨਾ ਕਿਤੇ ਤੁਹਾਨੂੰ ਸਿੱਖਣ ਨੂੰ ਮਿਲ। ਹੋਰ ਵੀ ਇੱਥੇ ਕਸਟਮਰਸ ਆਏ ਹੋਏ ਨੇ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਮੈਮ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਠੀਕ ਠਾਕ? ਹਾਂਜੀ ਵਧੀਆ ਵਧੀਆ। ਕਿਵੇਂ ਦੇਖਦੇ ਹੋ ਭਾਜੀ, ਉਹਨਾਂ ਨੇ ਇੱਕ ਆਪਣੀ ਬਿਜ਼ਨਸ ਦਾ ਨਾਮ ਵੀ ਰੱਖਿਆ ਹੋਇਆ ਹੈ, ਫਲੌਪ ਬਿਜ਼ਨਸਮੈਨ, ਫੇਲ ਕਾਰੋਬਾਰੀ। ਹਾਂਜੀ ਬਹੁਤ ਸਾਰੇ ਕੰਮ ਕੀਤੇ, ਤੇ ਕੰਮ ਕਰਨ ਤੇ ਲੈ ਕੇ ਇਹਨਾਂ ਨੂੰ ਸਕਸੈਸ ਨਹੀਂ ਮਿਲਿਆ ਕਿਤੇ। ਅੱਜ ਇਹਨਾਂ ਨੇ ਕੰਮ ਸ਼ੁਰੂ ਕੀਤਾ ਆ, ਇੱਧਰ ਪੰਜਾਬੀ ਭਾਜੀ ਹੈਗੇ ਆ ਹਰਿਆਣੇ ਤੋਂ ਨੇ, ਤੁਹਾਡਾ ਨਜ਼ਰੀਆ ਕੀ ਕਹਿ ਰਿਹਾ ਇਸ ਚੀਜ਼ ਨੂੰ ਲੈ ਕੇ? ਨਹੀਂ ਬਹੁਤ ਵਧੀਆ ਆ, ਚਲੋ ਕੰਮ ਕਦੇ ਵੀ ਕੁਛ ਵੀ ਬਿਜ਼ਨਸ 'ਚ ਲੋਸ ਹੋ ਸਕਦਾ, ਲੇਕਿਨ ਬੰਦਾ ਛੋਟੇ ਤੋਂ ਸਟਾਰਟ ਕਰਦਾ ਤਾਂ ਦੁਬਾਰਾ ਫਿਰ ਉਸ ਪੋਜੀਸ਼ਨ 'ਤੇ ਬੰਦਾ ਪਹੁੰਚ ਸਕਦਾ ਆ। ਕਦੇ ਵੀ ਬੰਦਾ ਇਹ ਨਾ ਸੋਚੇ ਕਿ ਮੈਂ ਅੱਜ ਫਲੋਪ ਹੋ ਗਿਆ, ਤਾਂ ਬੰਦਾ ਕਦੇ ਵੀ ਉੱਪਰ ਪਹੁੰਚ ਸਕਦਾ ਆ। ਜੇ ਅੱਜ ਵੀ ਮਿਹਨਤ ਕਰਦੇ ਆ ਤਾਂ ਉਹ ਆਪਣੇ ਬਿਜ਼ਨਸ ਨੂੰ ਅੱਪ ਲੈ ਕੇ ਜਾ ਸਕਦੇ ਆ। ਇਹ ਤੁਹਾਡਾ, ਤੁਸੀਂ ਫਸਟ ਟਾਈਮ ਆਏ ਹੋ ਜਾਂ ਪਹਿਲਾਂ ਵੀ ਕਦੇ? ਫਸਟ ਟਾਈਮ ਹੀ ਆਇਆ ਸੀ, ਗੁਰਦੁਆਰਾ ਸਾਹਿਬ ਆਏ ਸੀਗੇ ਤਾਂ ਸੋਚਿਆ ਚਲੋ ਕੁਛ ਖਾ ਲਈਏ। ਸੰਡੇ ਦੀ ਸੰਡੇ ਮੈਂ ਗੁਰਦੁਆਰਾ ਸਾਹਿਬ ਆਉਂਦਾ, ਅਤੇ ਅੱਜ ਮੈਂ ਮੋਰਨਿੰਗ 'ਚ ਵਾਈਫ ਨੂੰ ਕਿਹਾ ਸੀਗਾ ਵੀ ਇੱਥੇ ਭਾਅ ਜੀ ਹੈਗੇ ਆ, ਅਤੇ ਸੋਸ਼ਲ ਮੀਡੀਆ ਦੀ ਤਾਕਤ ਹੈ, ਜਿੰਦਾ ਜਾਗਦਾ ਸਬੂਤ ਆ ਭਾਅ ਜੀ,
ਮੈਂ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਦੇਖਿਆ ਸੀਗਾ ਅਤੇ ਆਪਦੀ ਫਸਟ ਇੰਟਰਵਿਊ ਦੇ ਰਹੇ ਸੀ ਉਦੋਂ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਤਾਂ ਅਸੀਂ ਪਹਿਲਾਂ ਆ ਜਾਂਦੇ ਸੀ ਮੋਰਨਿੰਗ ਨੂੰ ਅੱਜ ਅਸੀਂ ਸਪੈਸ਼ਲ ਸ਼ਾਮੀ ਤਾਂ ਚੁਣਿਆ ਕਿ ਅੱਜ ਭਾਅ ਜੀ ਕੋਲ ਰੁਕ ਕੇ ਜਾਣਾ ਅਤੇ ਟੇਸਟ ਕਰਕੇ ਜਾਣਾ ਔਰ ਸੋਸ਼ਲ ਮੀਡੀਆ ਦੀ ਤਾਕਤ ਆ ਭਾਅ ਜੀ ਅੱਜ ਕਾਮਯਾਬ ਵੀ ਆ ਅਤੇ ਵਧੀਆ ਟੇਸਟ ਆ ਇਹਨਾਂ ਦਾ ਔਰ ਸਾਰਿਆਂ ਨੂੰ ਕਹਿੰਦੇ ਹਾਂ ਵੀ ਜਿੰਨਾ ਵੀ ਕੋਈ ਬੰਦੇ ਨੇ ਕੰਮ ਕੀਤਾ ਹੋਵੇ ਮਿਹਨਤ ਕਰਨੀ ਚਾਹੀਦੀ ਆ ਔਰ ਇਹਨਾਂ ਦੀ ਮਿਹਨਤ ਦਾ ਨਤੀਜਾ ਅੱਜ ਇਹਨਾਂ ਦੇ ਕੋਲ ਖੜ੍ਹੇ ਆ ਕੇ ਔਰ ਬਹੁਤ ਵਧੀਆ ਲੱਗਿਆ ਔਰ ਬਹੁਤ ਟੇਸਟ ਵੀ ਵਧੀਆ ਭਾਅ ਜੀ ਦਾ ਔਰ ਸਭ ਇਹਨਾਂ ਦੀ ਤਾਰੀਫ ਕਰਦੇ ਆ ਵੀ ਇਹਨਾਂ ਦਾ ਟੇਸਟ ਗੁੱਡ ਆ ਔਰ ਮਿਹਨਤ ਆ ਭਾਅ ਜੀ ਦਸਾਂ ਨੌਵਾਂ ਦੀ ਕਿਰਤ ਉਹ ਕਰਨੀ ਚਾਹੀਦੀ ਆ ਔਰ ਸਭ ਨੂੰ ਕਰਨੀ ਚਾਹੀਦੀ ਹੈ ਔਰ ਫਲ ਦੇਣਾ ਪਰਮਾਤਮਾ ਨੇ ਔਰ ਭਾਅ ਜੀ ਵੈਸੇ ਨਾਈਸ ਪਰਸਨ ਹੈ ਬਹੁਤ ਸਾਰੇ ਸਰ ਨੌਜਵਾਨ ਅਜਿਹੇ ਵੀ ਹੈਗੇ ਨੇ ਉਹਨਾਂ ਦੀ ਮੈਂਟੈਲਿਟੀ ਇਹ ਹੈ ਵੀ ਇਹ ਕੰਮ ਹੈਗਾ ਛੋਟਾ ਅਸੀਂ ਕਿਉਂ ਕਰੀਏ ਪ੍ਰਵਾਸੀਆਂ ਨੂੰ ਆਪਣੇ ਨਾਲ ਕੰਪੇਅਰ ਕਰਦੇ ਨੇ ਵੀ ਉਹ ਕੰਮ ਇਹ ਕਰਦੇ ਨੇ ਅਸੀਂ ਕਿਉਂ ਕਰੀਏ ਉਹਨਾਂ ਨੌਜਵਾਨਾਂ ਨੂੰ ਤੁਹਾਡਾ ਕੀ ਮੈਸੇਜ ਹੈਗਾ ਜੀ ਭਾਅ ਜੀ ਨੌਜਵਾਨ ਹੈ ਨੌਜਵਾਨ ਹੀ ਅੱਜ 20-20 ਲੱਖ ਰੁਪਇਆ ਲਾ ਕੇ ਕੈਨੇਡਾ ਜਾ ਰਿਹਾ ਕੈਨੇਡਾ ਆਸਟ੍ਰੇਲੀਆ ਜਾ ਰਹੇ ਹੈ ਉਹ ਨੌਜਵਾਨ ਹੀ ਜਾ ਰਹੇ ਹੈ ਔਰ ਉੱਥੇ ਜਾ ਕੇ ਕੀ ਕਰ ਰਹੇ ਆ 20-20 ਲੱਖ ਰੁਪਇਆ ਲਾ ਕੇ ਆਪਦੀਆਂ ਫੀਸਾਂ ਰਿਕਵਰ ਕਰਨ ਵਾਸਤੇ ਉੱਥੇ ਮੋਰਗੇਜ ਕੱਢਣ ਵਾਸਤੇ ਉੱਥੇ ਰੈਸਟੋਰੈਂਟਾਂ ਦੇ ਇਹੀ ਤਾਂ ਕੰਮ ਕਰ ਰਹੇ ਹੈਗੇ ਆ ਉੱਥੇ ਜਾਣ ਸਰ ਕਿਹੜਾ ਚਿਹਰਾ ਪਈਆਂ ਇਹਨਾਂ ਵਾਸਤੇ ਅਤੇ ਇਹ ਕੰਮ ਕਿਹਦੇ ਨਾਲ ਮਾੜਾ ਹੋ ਗਿਆ ਕੋਈ ਛੋਟਾ ਕੰਮ ਨਹੀਂ ਗਾ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਲੋਕ ਉੱਥੇ ਜਾ ਕੇ ਕਰਦੇ ਹੈ ਅਤੇ ਇੱਥੇ ਰਹਿ ਕੇ ਕਰਨਾ ਆਪਦੀ ਫੈਮਿਲੀ 'ਚ ਹੈ ਆਪਦੇ ਦੇਸ਼ 'ਚ ਹੈ ਆਪਦੇ ਪਰਿਵਾਰ 'ਚ ਬਹੁਤ ਵਧੀਆ ਗੱਲ ਆ ਭਾਅ ਜੀ ਕੰਮ ਕੋਈ ਛੋਟਾ ਨਹੀਂ ਗਾ ਕੋਈ ਵੱਡਾ ਨਹੀਂ ਗਾ ਮਿਹਨਤ ਕਰਨੀ ਚਾਹੀਦੀ ਹੈ ਜਦੋਂ ਸਾਰੇ ਕਰਦੇ ਆ ਉੱਥੇ ਜਾ ਕੇ ਕਰਦੇ ਆ ਇੱਥੇ ਰਹਿ ਕੇ ਵੀ ਕੀਤਾ ਜਾ ਸਕਦਾ ਭਾਅ ਜੀ ਬਹੁਤ ਵਧੀਆ ਗੱਲ ਹੈ ਔਰ ਭਾਅ ਜੀ ਪੂਰੇ ਕਾਮਯਾਬ ਆ ਔਰ ਖੁਸ਼ੀ ਆ ਕੋਈ ਆਪਦੀ ਕਮਿਊਨਿਟੀ ਦਾ ਆਪਦਾ ਸਰਦਾਰ ਭਰਾ ਕੰਮ ਕਰ ਰਿਹਾ ਔਰ ਸੋਹਣਾ ਲੱਗਦਾ ਬਹੁਤ ਗੁੱਡ ਆ ਜੀ ਇੱਕ ਅਨੋਖਾ ਮੈਸੇਜ ਵੀ ਹੈਗਾ ਪੰਜਾਬ ਔਰ ਹਰਿਆਣੇ ਦਾ ਇਹਨਾਂ ਨੇ ਪਿਆਰ ਉਹ ਵੀ ਪੇਸ਼ ਕੀਤਾ ਹੋਇਆ ਦੇਖੋ ਛੋਟੇ ਵੱਡੇ ਭਰਾ ਦੀ ਮਿਸਾਲ ਆ ਉਹ ਤਾਂ ਹਰਿਆਣਾ ਛੋਟਾ ਭਰਾ ਇਹ ਵੱਡਾ ਭਰਾ ਪੰਜਾਬ ਔਰ ਆਪਾਂ ਉਹ ਦਿੱਲੀ ਪ੍ਰੋਟੈਸਟ ਦੇ ਵਿੱਚ ਵੀ ਦੇਖਿਆ ਦੋਨਾਂ ਨੇ ਮਿਲ ਕੇ ਉਹ ਲੜੇ ਆ ਅਤੇ ਜਿੱਤ ਹੋਈ ਆ ਤਾਂ ਇਹ ਵੀ ਗੁੱਡ ਆ ਉਹੀ ਸੇਮ ਚੀਜ਼ ਹੈਗੀ ਆ ਕਿ ਦੋਨਾਂ ਦਾ ਪਿਆਰ ਆ ਔਰ ਛੋਟੇ ਵੱਡੇ ਭਰਾ ਵਾਲੀ ਗੱਲ ਹੈਗੀ ਆ ਅਤੇ ਵਧੀਆ ਮਿਸਾਲ ਆ ਜੀ ਔਰ ਸੋਹਣੀ ਲੱਗਦੀ ਹੈ ਔਰ ਲੋਕ ਇਹਨੂੰ ਦੇਖ ਕੇ ਹੋਰਾਂ ਨੂੰ ਵੀ ਸਿੱਖਿਆ ਮਿਲਦੀ ਹੈ ਸਿੱਖਿਆ ਮਿਲਦੀ ਹੈ ਜੀ ਬਹੁਤ ਵਧੀਆ ਗੱਲ ਆ ਭਾਅ ਜੀ ਸੋਹਣਾ ਲੱਗਦਾ ਜੀ ਬਿਲਕੁਲ ਗੁੱਡ ਜੀ ਸਰ ਬਹੁਤ ਬਹੁਤ ਵਿਚਾਰ ਦੇਣ ਲਈ ਸੋ ਲਾਸਟ ਦੇ ਵਿੱਚ ਬਾਈ ਜੀ ਆਪਣਾ ਕੰਟੈਕਟ ਨੰਬਰ ਜ਼ਰੂਰ ਦੇ ਦਿਓ ਜਿਹੜੇ ਨੌਜਵਾਨ ਮੰਨ ਲਓ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਨੇ ਤੁਹਾਡੇ ਤੋਂ ਸਲਾਹ ਲੈਣੀ ਹੋਵੇ ਬਹੁਤ ਸਾਰੇ ਕਈ ਨਿਰਾਸ਼ ਵੀ ਹੋ ਗਏ ਹੋਣੇ ਤੁਹਾਡੇ ਵਾਂਗੂ ਫੇਲ ਵੀ ਹੋ ਗਏ ਹੋਣੇ ਉਹਨਾਂ ਨੂੰ ਆਪਣਾ ਕੰਟੈਕਟ ਨੰਬਰ ਦੱਸ ਦਿਓ ਤਾਂ ਜੋ ਜੇ ਕਿਸੇ ਨੇ ਸਲਾਹ ਲੈਣੀ ਹੋਵੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਤੁਹਾਨੂੰ ਕਾਲ ਕਰ ਸਕੇ ਜੀ 9811764 ਹਾਂਜੀ ਵੀਰੇ ਸਵਰਨਜੀਤ ਸਿੰਘ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਧੰਨਵਾਦ ਸਰ ਸੋ ਦਰਸ਼ਕੋ ਇਹ ਸਨ ਸਾਡੇ ਨਾਲ ਸਵਰਨਜੀਤ ਸਿੰਘ ਜੀ ਜਿਨ੍ਹਾਂ ਨੇ ਇੱਕ ਅਨੋਖੇ ਕਿਸਮ ਦਾ ਜਿਹੜਾ ਬਿਜ਼ਨਸ ਸ਼ੁਰੂ ਕੀਤਾ ਫੇਲ ਕਾਰੋਬਾਰੀ ਯਾਨੀ ਕਿ ਫਲੋਪ ਬਿਜ਼ਨਸਮੈਨ ਤਾਂ ਇਹ ਬਾਈ ਜੀ ਹੋਰਾਂ ਦੇ ਤੁਸੀਂ ਵਿਚਾਰ ਸੁਣੇ ਤਾਂ ਖਾਸ ਤੌਰ 'ਤੇ ਪੰਜਾਬ ਔਰ ਹਰਿਆਣਾ ਦੀ ਜਿਹੜੀ ਭਾਈਚਾਰਕ ਸਾਂਝ ਦੀ ਇਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਅਤੇ ਇਹ ਲੋਕੇਸ਼ਨ ਇੱਕ ਵਾਰ ਤੁਹਾਨੂੰ ਮੈਂ ਵੀ ਅੰਤ ਦੇ ਵਿੱਚ ਇਹ ਦੱਸ ਦਿੰਦਾ ਕਿ ਗੁਰਦੁਆਰਾ ਆਮ ਸਾਹਿਬ ਹੈਗਾ ਮੋਹਾਲੀ ਦੇ ਵਿੱਚ ਉੱਥੇ ਜਿਹੜੇ ਇਹ ਭਾਈ ਸਾਹਿਬ ਹੋਰੀ ਈਵਨਿੰਗ ਟਾਈਮ ਇੱਥੇ ਖੜ੍ਹਦੇ ਨੇ ਗੋਲ ਗੱਪੇ ਚਾਟ ਔਰ ਟਿੱਕੀਆਂ ਚਾਟ ਔਰ ਮੋਮੋਸ ਵਗੈਰਾ ਇਹਨਾਂ ਕੋਲ ਹੁੰਦੇ ਨੇ ਤਾਂ ਜਿਹੜੇ ਵੀਰ ਭਰਾ ਇਸ ਵੀਡੀਓ ਨੂੰ ਦੇਖਦੇ ਨੇ ਬਾਈ ਜੀ ਹੋਰਾਂ ਨੂੰ ਪਿਆਰ ਦੇਣ ਵਾਸਤੇ ਜਾਂ ਬਾਈ ਜੀ ਹੋਰਾਂ ਦਾ ਹੌਸਲਾ ਵਧਾਉਣ ਵਾਸਤੇ ਇੱਥੇ ਜ਼ਰੂਰ ਪਹੁੰਚੋ ਤਾਂ ਜੋ ਜਿਹੜਾ ਇਹ ਫੇਲ ਕਾਰੋਬਾਰੀ ਹੈ ਇਹਦਾ ਕੁਝ ਹੀ ਦਿਨਾਂ ਦੇ ਵਿੱਚ ਜਾਂ ਕੁਝ ਹੀ ਸਮੇਂ ਦੇ ਵਿੱਚ ਨਾਮ ਫੇਲ ਕਾਰੋਬਾਰੀ ਤੋਂ ਪਾਸ ਕਾਰੋਬਾਰੀ ਹੋ ਜਾਵੇ ਤਾਂ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਬਾਈ ਜੀ ਹੋਰਾਂ ਨੂੰ ਤਾਂ ਜਿਹੜੇ ਨੌਜਵਾਨ ਸੋਚ ਰਹੇ ਨੇ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਕਾਰੋਬਾਰ ਨਹੀਂ ਹੈਗਾ ਆਸ ਕਰਦੇ ਹਾਂ ਕਿ ਉਹਨਾਂ ਨੌਜਵਾਨਾਂ ਨੂੰ ਇਸ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ ਪੰਜਾਬੀ ਲੋਕ ਚੈਨਲ ਦੇ ਲਈ ਸਿਮਰਨਜੀਤ ਸਿੰਘ ਢਿੱਲੋਂ ਮੋਹਾਲੀ